ਤੇ ਬਾਈ ਹੁਣੀ ਆ ਗਏ ਇਧਰ, ਕਹਿੰਦੇ ਸਾਡੀ ਵੀਡੀਓ ਜ਼ਰੂਰ ਪਾਇਓ। ਤੇ 3710 ਆਗਾ, ਕਿਹੜਾ ਪਿੰਡ ਆ ਬਾਈ ਆਪਣਾ? ਕੋਟ ਵਾਕਤੂ ਤੋਂ ਨੇ ਬਾਈ। ਟਰੈਕਟਰ ਕਿਹੜਾ ਲੈ ਕੇ ਆਏ ਤੁਸੀਂ? ਫਾਰਮ 60 ਲੈਣ ਆਏ ਹੋਗੇ। ਠੀਕ ਆ, ਤੇ ਠੀਕ ਆ ਜੀ। ਉਸ ਤੋਂ ਬਾਅਦ ਆ ਗਿਆ ਜੀ 3710 92 ਮਾਡਲ ਆ, 1,82,000 ਰੁਪਇਆ ਰੇਟ ਆ, ਤੇ 50 ਨੰਬਰ ਆਗਾ, PV37 ਨੰਬਰ ਆ ਜੀ। ਨਵੇਂ ਟਾਇਰ ਆ ਟਰੈਕਟਰ ਦੇ, MRF ਦੇ। ਬਾਕੀ ਟਰੈਕਟਰ ਜਿਹੜਾ ਪੂਰਾ ਸਾਫ਼ ਆ, ਬਾਡੀ ਲੈਣ ਦਾ ਪੂਰੀ ਸਾਂਭ 'ਚ ਟਰੈਕਟਰ ਜਿਹੜਾ ਚੱਲਿਆ ਹੋਇਆ ਹੈਗਾ। ਖੜਨੀ ਹੈ ਜਿਹੜੀ ਟਰੈਕਟਰ ਦੀ, ਉਹ ਵੀ ਪੂਰੀ ਘੰਟਾ ਗਈ। ਉਸ ਤੋਂ ਬਾਅਦ ਠੀਕ ਹੈ ਜੀ, HMT 3511 ਆ ਗਿਆ ਜੀ, 93 ਮਾਡਲ ਆ, 1,10,000 ਰੁਪਇਆ ਰੇਟ ਹੈਗਾ। ਉਸ ਤੋਂ ਬਾਅਦ ਸਟੈਂਡਰਡ ਆ ਗਿਆ 45 ਦਾ, 2002 ਮਾਡਲ ਆ, 1,90,000 ਰੁਪਇਆ ਰੇਟ ਆ ਟਰੈਕਟਰ ਦਾ। ਉਹਦਾ ਐਸਰ ਆ ਗਿਆ 92 ਮਾਡਲ, 92,000 ਰੁਪਇਆ ਰੇਟ ਹੈਗਾ। ਗੋਲ ਟਾਇਰਾਂ 'ਚ ਮੈਸੀ ਆ ਗਏ ਟਾਇਫੇ 30, 94 ਮਾਡਲ ਆ, 1,60,000 ਰੁਪਇਆ ਰੇਟ ਆ ਇਸ ਟਰੈਕਟਰ ਦਾ। ਉਸ ਤੋਂ ਬਾਅਦ ਐਸਰ ਆ ਗਿਆ 91 ਮਾਡਲ, 75,000 ਰੁਪਇਆ ਰੇਟ ਆ, ਇਹ ਵੀ ਗੋਲ ਟਾਇਰਾਂ 'ਚ ਹੀ ਆ। ਉਸ ਤੋਂ ਬਾਅਦ ਫਿਰ 92 ਮਾਡਲ ਆ ਗਿਆ ਇਸ ਤਰ੍ਹਾਂ, 74,000 ਰੁਪਇਆ ਰੇਟ, 92 ਮਾਡਲ ਆ, ਇਹ ਵੀ ਗੋਲ ਟਾਇਰਾਂ 'ਚ ਆ ਟਰੈਕਟਰ। ਉਸ ਤੋਂ ਬਾਅਦ 91 ਮਾਡਲ ਆ ਗਿਆ, 88,000 ਰੁਪਇਆ ਰੇਟ। ਐਸਰ ਫਿਰ ਆ ਗਿਆ 8 ਮਾਡਲ, 1,80,000 ਰੁਪਇਆ। PV ਨੰਬਰ ਆ, PV 19 ਆ ਜੀ ਇਹ ਟਰੈਕਟਰ ਨੰਬਰ ਆ। ਅਤੇ ਉਸ ਤੋਂ ਬਾਅਦ ਰੇੜਾ ਖੜਾ ਗਾ 15,000 ਰੁਪਇਆ, ਟਰਾਲੀ ਵਾਲਾ ਬਣਾ ਟਰੈਕਟਰ ਮਗਰ ਪੈਂਦਾ। ਅਤੇ ਦੋਸਤ ਇੱਧਰੋਂ ਆਇਆ 69,11 ਦੂਸਰੀ ਲੈਣ 'ਚ ਆ ਗਿਆ ਜੀ, ਕਿਹੜਾ ਮਾਡਲ? 98 ਮਾਡਲ ਆ, 2,95,000 ਰੁਪਇਆ ਰੇਟ ਆ, ਅਤੇ ਬਠਿੰਡੇ ਦਾ ਨੰਬਰ ਆ। ਫਸਟ ਪਾਰਟੀ ਦਾ ਟਰੈਕਟਰ ਹੀ ਆ, ਦੂਜੇ ਨਾਲ ਟਰੈਕਟਰ ਹੈਗਾ। ਬਾਕੀ ਟਰੈਕਟਰ ਵੇਖ ਸਕਦੇ ਹੋ, ਪੂਰਾ ਸਾਫ਼ ਟਰੈਕਟਰ ਪਿਆ, ਓਰਿਜਨਲ ਹੀ ਪਿਆ ਸਾਰਾ ਟਰੈਕਟਰ, ਜਿਹੜਾ ਪਾਵਰ ਸਟੀਅਰਿੰਗ ਆ, ਪਾਵਰ ਸਟੀਅਰਿੰਗ ਜਿਹੜਾ ਹੋਇਆ ਹੋਇਆ ਟਰੈਕਟਰ, ਨਵੇਂ ਟਾਇਰ ਆ। ਉਸ ਤੋਂ ਬਾਅਦ ਅਰਜਨ ਆ ਗਿਆ ਜੀ, 605, 12 ਮਾਡਲ ਆ, 4,75,000 ਸੈਂਟਰ ਗੇਅਰ ਹੈਗਾ, ਮੈਕੋ ਪੰਪ 'ਚ ਆ। ਬਾਕੀ ਗੁੜੀਅਰ ਦੇ ਟਾਇਰ ਨੇ ਵੇਖ ਸਕਦੇ, ਰਿੰਬਾਂ ਵਗੈਰਾ ਦਾ ਟਰੈਕਟਰ ਆ ਜਿਹੜਾ ਸਾਫ਼ ਆ, ਪਿਛਲੇ ਟਾਇਰ ਜਿਹੜੇ BKT ਦੇ ਨੇ। ਬਾਕੀ ਬੈਕ ਸਾਈਡ ਤੋਂ ਟਰੈਕਟਰ ਵੇਖ ਸਕਦੇ ਹੋ, ਪਿਛਲੇ ਟਾਇਰ BKT ਦੇ ਨੇ, ਮੂਹਰਲੇ ਟਾਇਰ ਆ ਜਿਹੜੇ ਟਰੈਕਟਰ ਦੇ ਗੁੜੀਅਰ ਦੇ ਨੇ। ਪੂਰਾ ਸਾਫ਼ ਟਰੈਕਟਰ ਹੈਗਾ, 12 ਮਾਡਲ ਆ, 4,75,000 ਰੁਪਇਆ ਰੇਟ ਆ, ਅਤੇ 69,98 ਮਾਡਲ ਆ, 2,95,000 ਰੁਪਇਆ। ਉਸ ਤੋਂ ਬਾਅਦ 744 ਆ ਗਿਆ ਜੀ, ਉਸ ਤੋਂ ਬਾਅਦ ਆ ਗਿਆ ਸਵਰਾਜ 744 ਆ ਗਿਆ ਜੀ, 6 ਮਾਡਲ ਆ, 2,98,000 ਰੁਪਇਆ, ਕਲੋਸਕਾ ਰਿੰਜਣ। ਬਾਕੀ ਨਵੇਂ ਟਾਇਰਾਂ 'ਚ ਆ ਟਰੈਕਟਰ, ਰਿੰਮਾਂ ਵਗੈਰਾ ਦਾ ਟਰੈਕਟਰ ਜਿਹੜਾ ਪੂਰਾ ਸਾਫ਼ ਪਿਆ ਹੈਗਾ, ਨਵੇਂ ਟਾਇਰਾਂ ਬੋਲਤੇ ਉਹਦਾ ਜੀ। 6 ਮਾਡਲ ਆ, 2,98,000 ਰੁਪਇਆ ਰੇਟ ਆ। ਉਸ ਤੋਂ ਬਾਅਦ ਆ ਗਿਆ ਫਾਰਮ ਟਰੈਕ 50, ਨਵੇਂ ਟਾਇਰਾਂ ਦਾ ਟਰੈਕਟਰ, ਪੂਰਾ ਸਾਫ਼ ਆ, 50 ਨੰਬਰ ਹੈਗਾ, 96 ਮਾਡਲ ਆ, 1,88,000 ਰੁਪਇਆ ਰੇਟ ਆ ਟਰੈਕਟਰ ਦਾ। ਬਾਕੀ ਰੰਗ ਵਗੈਰਾ ਸੋਹਦਾ ਤੁਸੀਂ ਵੇਖ ਸਕਦੇ ਹੋ ਉੱਪਰੋਂ ਇੰਜਨ ਦਾ। ਠੀਕ ਆ, ਅਤੇ ਦੋਸਤੋ ਚਾਰੇ ਟਰੈਕਟਰ ਜਿਹੜੇ, ਇੱਕ ਮਾਲਕ ਵੀਰ ਦੇ ਨੇ, ਕੰਟੈਕਟ ਨੰਬਰ ਬੋਲ ਦਿਓ ਵੀ ਮਾੜਾ ਜਿਹਾ, 99,58,40,75, 99,58,40,75। ਠੀਕ ਆ, ਅਤੇ ਦੋਸਤੋ ਇਹ ਚਾਰੇ ਟਰੈਕਟਰ ਜਿਹੜੇ ਤੁਸੀਂ ਇਸ ਕੰਟੈਕਟ 'ਤੇ ਪਤਾ ਕਰ ਸਕਦੇ ਹੋ, 69,11 ਅਰਜਨ, 605, 744 ਅਤੇ 3730 ਆ ਗਿਆ ਇੱਧਰੋਂ ਫਾਰਮ ਟਰੈਕ 50, ਅਤੇ ਇੱਧਰੋਂ 3730 ਆ ਗਿਆ ਇੱਕ ਬਾਈਆਂ ਦਾ, ਉਹ ਟਰਾਈ 'ਤੇ ਗਿਆ ਹੋਇਆ ਸੀ, ਉਹਨੂੰ ਉਹ ਵੀ ਵਿਖਾ ਦਿੰਦੇ ਹਾਂ। ਪਲੱਸ PV ਨੰਬਰ ਆ, ਸਾਰੇ ਟਰੈਕਟਰ 50 ਨੰਬਰ ਹੀ ਨੇ। 10 ਮਾਡਲ ਆ, 4,98,000 ਰੁਪਇਆ ਰੇਟ ਆ ਇਸ ਟਰੈਕਟਰ ਦਾ, PV 22। ਗੁੜੀਅਰ ਦੇ ਟਾਇਰ ਨੇ, ਬਾਕੀ ਟਰੈਕਟਰ ਦੇ ਚੱਲਦਾ ਤੁਸੀਂ ਵੇਖ ਰਹੇ ਹੋ, ਅਤੇ ਬਾਕੀ ਤੁਹਾਨੂੰ ਜਿਹੜੇ ਅੱਗੇ ਟਰੈਕਟਰ ਉਹ ਵਿਖਾ ਦਿੰਦੇ। ਚੰਗਾ ਜੀ, ਉਸ ਤੋਂ ਬਾਅਦ ਟਰਾਲੀ ਖੜ੍ਹੀ ਇੱਧਰ, ਹੁਣ ਟਰਾਲੀ ਦਾ ਰੇਟ ਜਿਹੜਾ ਵਿਖਾ ਦਿੰਦੇ ਹਾਂ, 11,40 ਲੱਗੀ ਹੋਈ ਆ, 1,22,000 ਰੁਪਇਆ ਡਿਮਾਂਡ ਆ ਲੈਫਟ ਵਾਲੀ ਟਰਾਲੀ ਜੀ। ਉਹ ਟਰਾਲੀ ਜਿਹੜੀ 1,30,000 ਰੁਪਇਆ, ਉਹਦੇ ਵੀ ਜਾਲੀ ਲੱਗੀ ਹੋਈ ਆ। ਉਸ ਤੋਂ ਬਾਅਦ ਇੱਧਰ ਆ ਗਿਆ ਸਵਰਾਜ 855 ਜੀ, ਵੱਡੇ ਚੱਕਿਆਂ ਦਾ, 16-28 ਦੇ ਟਾਇਰਾਂ ਵਾਲਾ,
चार मॉडल आ 2,90,000 रुपया जी डिमांड है इस ट्रैक्टर की। ऐसर आ गया 10 मॉडल 1,62,000 रुपया डिमांड आ, हरियाणा नंबर आ गया। उसका फोर्ड 3600 जी 95 मॉडल आ 1,55,000 रुपया रेट आते, हरियाणा नंबर आ ट्रैक्टर। महिंद्र आ गया 265 डी आई 93 मॉडल आ 1,35,000 रुपये जी डिमांड है इस ट्रैक्टर की। उस तो बाद ऐसर आ गया जी 94 मॉडल 1,35,000 रुपया पी वी नंबर, स्वराज 855 एक मॉडल 2,80,000 नवे टायर च। उस तो बाद महिंद्र आ गया जी हाईटेक पी वी 3 बठिंडा नंबर हैगा 1,55,000 रुपया डिमांड है ट्रैक्टर की। उस तो बाद फिर महिंद्रा 265 डी आई 95 मॉडल आ 1,20,000 रुपया डिमांड आ, सोनालीका 750 19 मॉडल 5,65,000 रुपया रेट आ, पी वी नंबर आ। उस तो बाद सोनालीका 35 आ गई 4 मॉडल आ 2,25,000 रुपया डिमांड आ, पी वी नंबर हैगा, नवें तो टायर है 70-75 टायर पे ने ट्रैक्टर के। उस तो बाद फार्म ट्रैक 60 आ गया 14 मॉडल आ 4,48 रेट आ, तो बठिंडे का नंबर आ। बाकी ट्रैक्टर पूरा साफ पे है, गुडियर के टायर ने पिछले शेड दे। उस तो बाद महिंद्रा आ गई 265 डी आई 94 मॉडल आ, हरियाणा नंबर आ 1,35,000 रुपये जी डिमांड आ। उस तो बाद इधरले पास जोंडियर आ गया 50-50 डी 14 मॉडल आ 4,50,000 रुपया डिमांड आ, पिछले टायर नवे ने ते मूरले बीकी डेज ने अद्धे टायर ने, पी वी 9 मोगे का नंबर आ। उस तो बाद न्यू हॉलैंड 3730 आ गया जी 12 मॉडल आ 4,90 रेट आ गया, पी वी 3 नंबर आ 12 मॉडल आ 4,90 रेट आ गया। उस तो बाद अर्जन आ गया 11 मॉडल 4,35 रेट आ गया, पी वी 5 11 मॉडल आ 4,35 रेट आ। रेडियल जो टायर पाए ट्रैक्टर के 605 के। उस तो बाद जोंडियर आ गया 50-50 ई 14 मॉडल 4,95 रेट, रिवर्स पी टी ओ पी वी नंबर आ, फोर्ड 3700 आ गया फिर दोबारे 95 मॉडल आ 1,95,000 रुपया डिमांड आ, तो बाकी ट्रैक्टर जरा कंडीशन का पूरा साफ है। उस तो बाद महिंद्रा 265 डी आई 2002 मॉडल आ 1,90,000 रुपया डिमांड आ इस ट्रैक्टर की। उस तो बाद महिंद्रा आ गया 235 डी आई 7 मॉडल आ 1,10,000 रुपया डिमांड आ इस ट्रैक्टर की। उस तो बाद फोर्ड 3700 पूरा साफ ट्रैक्टर हैगा 96 मॉडल आ 2,10,000 रुपया जी डिमांड है ट्रैक्टर की, पूरा साफ ट्रैक्टर आ, सुनखा ट्रैक्टर हैगा, गुड़ियर के टायर ने चारे 90 पैसे टायर ट्रैक्टर जोड़े पे ने। उस तो बाद आ गया डी टी 14 71 मॉडल आ 1,80,000 रुपया रेट है ट्रैक्टर का, नवे टायर आ, कोई गल नहीं जी, पी यू आर 1483 जरा नंबर आ। कि पिंड जी अपना ਕਿਹੜਾ ਜੀ? ਕੇਵਲ ਪਿੰਡ। ਠੀਕ ਆ ਠੀਕ ਆ, ਸਰਸੇ ਤੋਂ ਆਏ ਹੋਗੇ। ਠੀਕ ਆ ਸਰ, ਡੀ ਟੀ 1471 ਮਾਡਲ ਆ 1,80,000 ਰੁਪਇਆ ਡਿਮਾਂਡ ਆ ਟਰੈਕਟਰ ਦੀ ਦੋਸਤੋ, ਨਵੇਂ ਟਾਇਰਾਂ 'ਚ। ਉਸ ਤੋਂ ਹਾਊਲੈਂਡ ਆ ਗਿਆ 5500 ਪੀ ਵੀ 19 ਨੰਬਰ ਹੈਗਾ 10 ਮਾਡਲ ਆ 4,85 ਰੇਟ ਹੈਗਾ, ਨਵੇਂ ਟਾਇਰ ਆ ਪਿਛਲੇ ਮੂਰਲੇ ਅੱਧੇ ਨੇ। ਉਸ ਤੋਂ ਬਾਅਦ ਆ ਗਿਆ ਹਾਊਲੈਂਡ 3730 ਪਲੱਸ ਪੀ ਵੀ 4,11 ਮਾਡਲ ਆ 5,25 ਰੇਟ ਆ, ਨੰਬਰ 50 ਵੀ ਹੈ ਅਤੇ ਫਰੀਦਕੋਟ ਦਾ ਨੰਬਰ ਆ ਪੀ ਵੀ 4, ਨਵੇਂ ਟਾਇਰ ਆ ਪਿਛਲੇ ਬੀ ਕੇ ਡੀ ਦੇ, ਮੂਰਲੇ ਨਾਲ ਦੇ ਆ ਕਾ ਦੁਬਾਰੇ ਦੇ ਦੁਬਾਰੇ ਦੇ ਨਾ। 14 ਮਾਡਲ ਆ 11 ਮਾਡਲ ਆ 5,25,000 ਰੁਪਇਆ ਰੇਟ ਆ ਜੀ 3730 ਦਾ ਬੱਸ ਦਾ। ਉਸ ਤੋਂ ਬਾਅਦ ਪਿੱਛੇ ਆ ਗਿਆ ਟਰੈਕਟਰ ਫਾਰਮ ਟਰੈਕ 60
99 मॉडल आ 210,000 रुपया डिमांड है इस ट्रैक्टर की। उस तो बाद फिर आ गई फार्म ट्रैक 62002 मॉडल आ 220,000 रुपया डिमांड है इस ट्रैक्टर की। उस तो बाद एसर आ गया 95 मॉडल आ 98,000 रुपया डिमांड आ इस ट्रैक्टर की। स्वराज 855 हरियाणा नंबर आगा 9 मॉडल आ 325,000 रुपया रेट आ। महिंद्रा 265 आ 2002 मॉडल 25 रेट आ। गग्गी नाटके रही महिंद्रा 265 DI 2002 मॉडल 205,000 रुपया डिमांड आ इस ट्रैक्टर की। आइसर आ गया 241 99 मॉडल आ 1,45,000 रुपया रेट आ। उस तो बाद फोर्ड आ गया 3700 90 मॉडल आ 1,38,000 रुपया रेट है इस ट्रैक्टर का। हाँ जी हाँ जी।